ਹਾਂਜੀ, ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਪਹਿਲਾਂ ਗੱਲ ਕਰਦੇ ਹਾਂ ਗਿੱਪੀ ਗਰੇਵਾਲ ਬਾਰੇ। ਹਾਂਜੀ, ਤੁਹਾਨੂੰ ਪਤਾ ਹੀ ਹੋਊਗਾ ਕਿ ਗਿੱਪੀ ਗਰੇਵਾਲ ਵੱਲੋਂ ਆਪਣੀ ਨਵੀਂ ਐਲਬਮ ਦੀ ਅਨਾਊਂਸਮੈਂਟ ਕੀਤੀ ਗਈ ਸੀ, ਜਿਸ ਐਲਬਮ ਦਾ ਪਹਿਲਾ ਗਾਣਾ 29 ਨਵੰਬਰ ਨੂੰ ਰਿਲੀਜ਼ ਕੀਤਾ ਜਾਣਾ ਸੀ। ਗਾਣੇ ਦਾ ਨਾਮ ਹੈ ਗੈਂਗ ਗੈਂਗ, ਪਰ ਉਸ ਟਾਈਮ ਕੁਝ ਕਾਰਨਾਂ ਕਰਕੇ ਗਿੱਪੀ ਗਰੇਵਾਲ ਵੱਲੋਂ ਇਸ ਗਾਣੇ ਨੂੰ ਡਿਲੇ ਕਰ ਦਿੱਤਾ ਗਿਆ ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਇਸ ਗਾਣੇ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਅਤੇ 10 ਜਨਵਰੀ ਨੂੰ ਇਸ ਗਾਣੇ ਦੀ ਵੀਡੀਓ ਰਿਲੀਜ਼ ਕੀਤੀ ਜਾਵੇਗੀ। ਅੱਗੇ ਗੱਲ ਕਰਦੇ ਹਾਂ ਕਰਨ ਔਜਲਾ ਬਾਰੇ, ਤਾਂ ਤੁਹਾਨੂੰ ਪਤਾ ਹੀ ਹੋਊਗਾ ਕਿ ਪਿਛਲੇ ਸਾਲ ਔਜਲੇ ਵੱਲੋਂ ਮੇਕਿੰਗ ਮੈਮਰੀਜ਼ ਐਲਬਮ ਰਿਲੀਜ਼ ਕੀਤੀ ਗਈ ਸੀ ਅਤੇ ਫੈਨਸ ਵੱਲੋਂ ਇਸ ਐਲਬਮ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਅਤੇ ਉੱਥੇ ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਹੀ ਇਸ ਐਲਬਮ ਦੇ ਰਿਲੇਟਡ ਕਰਨ ਔਜਲਾ ਦੇ ਓਫੀਸ਼ਲ ਅਪਡੇਟ ਪੇਜ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਮੇਕਿੰਗ ਮੈਮਰੀਜ਼ ਐਲਬਮ ਪਹਿਲੀ ਪੰਜਾਬੀ ਐਲਬਮ ਹੈ ਜੋ ਕਿ 3 ਮਹੀਨਿਆਂ ਤੱਕ ਬਿਲਬੋਰਡ 'ਤੇ ਮੌਜੂਦ ਰਹੀ ਹੈ। ਇਸ ਤੋਂ ਇਲਾਵਾ ਗੱਲਬਾਤ ਕਰੀਏ ਤਾਂ ਤੁਹਾਨੂੰ ਪਤਾ ਹੀ ਹੋਊਗਾ ਕਿ ਅੱਜ ਤੋਂ 2-3 ਦਿਨ ਪਹਿਲਾਂ ਹੀ ਕਰਨ ਔਜਲਾ ਵੱਲੋਂ ਕਿਹਾ ਗਿਆ ਸੀ ਕਿ ਮੇਰੇ ਜਨਮਦਿਨ 'ਤੇ ਪੱਕਾ ਕੁਝ ਨਾ ਕੁਝ ਆਵੇਗਾ ਅਤੇ ਇਸ ਤੋਂ ਬਾਅਦ ਕਰਨ ਔਜਲਾ ਅਤੇ ਨੋਰਾ ਫਤਿਹੀ ਦੀ ਇਕੱਠਿਆਂ ਦੀ ਇੱਕ ਫੋਟੋ ਵੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਇਹਨਾਂ ਦੋਵਾਂ ਦਾ ਕੋਈ ਗਾਣਾ ਆਉਣ ਵਾਲਾ ਹੈ ਅਤੇ ਉੱਥੇ ਹੁਣ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਹੀ ਕਰਨ ਔਜਲੇ ਵੱਲੋਂ ਇੰਸਟਾਗ੍ਰਾਮ ਉੱਤੇ ਕੁਝ ਸਟੋਰੀਆਂ ਸ਼ੇਅਰ ਕੀਤੀਆਂ ਗਈਆਂ ਨੇ। ਇਹਨਾਂ ਵੀਡੀਓਸ ਨੂੰ ਦੇਖ ਕੇ ਹੀ ਲੱਗ ਰਿਹਾ ਹੈ ਕਿ ਕਰਨ ਔਜਲਾ ਵੱਲੋਂ ਕਿਸੇ ਨਵੇਂ ਗਾਣੇ ਦਾ ਵੀਡੀਓ ਸ਼ੂਟ ਕੀਤਾ ਜਾ ਰਿਹਾ ਹੈ। ਬਾਕੀ ਕੌਣ ਕੌਣ ਵੇਟ ਕਰ ਰਿਹਾ 18 ਜਨਵਰੀ ਦੀ, ਕਮੈਂਟ ਵਿੱਚ ਜ਼ਰੂਰ ਦੱਸਿਓ। ਅਤੇ ਔਜਲੇ ਨੇ ਡਰੇਕ ਨੂੰ ਛੱਡਤਾ ਪਿੱਛੇ ਅਤੇ ਸ਼ੁਭ ਨੂੰ ਕਿਹਾ ਫਲੋਪ, ਜਿਸ ਵਿਡੀਓ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ ਹੈ, ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।